ਖਜ਼ਾਨੇ ਦੇ ਵਜ਼ੀਰ ਨੇ ਕਿਸਾਨਾਂ ਨੂੰ ਬਾਇਖਤਿਆਰ ਬਣਾਉਣ ਵਾਸਤੇ ਸੂਤ ਤੋਂ ਪਾਕ ਕਰਜ਼ੇ ਦੇਣ ਤੇ ਜ਼ੋਰ ਦਿੱਤਾ ਹੈ। ਪੰਜਾਬ ਦੇ ਸਨਤ ਤਜਾਰਤ ਦੇ ਵਜ਼ੀਰ ਨੇ ਕਿਹਾ ਹੈ ਕਿ ਹਕੂਮਤ ਨੌਜਵਾਨਾਂ ਨੂੰ ਬਾਇਖਤਿਆਰ ਬਣਾਉਣ ਵਾਸਤੇ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਹੀ ਹੈ। ਹੋਰ ਤੁਸੀਂ ਪੂਰੀਆਂ ਖਬਰਾਂ ਸੁਣੋ। پاکستان ਤੇ ਤੁਰਕੀ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਦੁਨੀਆ ਦੀ ਇجتماਈ ਜ਼ਿੰਮੇਵਾਰੀ ਹੈ ਕਿ ਉਹ ਫਲਸਤੀਨ ਦੀ ਵਿਗੜਦੀ ਸੂਰਤ ਹਾਲ ਬਿਹਤਰ ਬਣਾਉਣ ਵਾਸਤੇ ਠੋਸ ਕਾਰਵਾਈਆਂ ਕਰੇ ਇਹ ਗੱਲ ਅਨਕਰਾਇਚੇ ਖਰਚਾ ਮਾਮਲੇ ਦੇ ਵਜ਼ੀਰ ਸ਼ਾ ਮਹਿਮੂਦ ਕੁਰੇਸ਼ੀ ਨੇ ਤੁਰਕੀ ਦੇ ਵਜ਼ੀਰੇ ਖਰਚਾ ਨਾਲ ਇੱਕ ਮੁਲਾਕਾਤ ਵਿੱਚ ਕਹੀ ਇਹ ਉਹਨਾਂ ਦੁਨੀਆ ਤੇ ਜ਼ੋਰ ਦਿੱਤਾ ਕਿ ਉਹ ਫਲਸਤੀਨ ਦੇ ਅਮਨ ਲਈ ਤੇ ਮਸਲੇ ਦੇ ਮਨਸਫਾਨਾ ਹੱਲ ਵਿੱਚ ਮਦਦ ਕਰੇ ਦੂਨ ਖਾਰਜ ਵਜ਼ੀਰਾ ਨੇ ਫਲਸਤੀਨ ਉਤੇ ਇਸرائیਲੀ ਜ਼ੁਲਮ ਤੇ ਤਸ਼ਦਦ ਬੰਦ ਕਰਾਉਣ ਲਈ ਦੁਨੀਆ ਨੂੰ ਮੁਤਹਿਰਕ ਕਰਨ ਦੇ ਤਰੀਕਿਆਂ ਬਾਰੇ ਵੀ ਗੱਲ ਕੀਤੀ। ਉਹਨਾਂ ਆਲਾ ਸਤਾ ਉਤੇ ਤਾਗੂਨ ਬਾਰੇ ਕੌਂਸਲ ਦੀ 7ਵੇਂ اجلاس ਦੀਆਂ ਤਿਆਰੀਆਂ ਦਾ ਵੀ جائزہ ਲਿਆ, ਇਹ اجلاس ਇਸ ਸਾਲ ਤੁਰਕੀ ਛੋਵੇਗਾ। ਸ਼ਾ ਮਹਿਮੂਦ ਗੁਰੀਸ਼ੀ ਨੇ ਅਫਗਾਨ ਅਮਨ ਅਮਲ ਨੂੰ ਮੌਸਰ ਬਣਾਉਣਾਸਤੇ ਤੁਰਕੀ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ। ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸਾਰੇ ਇਸਲਾਮੀ ਮੁਲਕਾਂ ਨੂੰ ਇਕਾ ਕਰਕੇ ਮਾਸੂਮ ਫਲਸਤੀਨੀਆ ਉਤੇ ਇਸرائیਲ ਦੀ ਦਹਸ਼ਤਗਰਦੀ ਬੇਨਕਾਬ ਕਰਨ ਲਈ ਕਿਹਾ ਹੈ। ਈਰਾਨ ਦੇ ਸਪੀਕਰ ਮੁਹੰਮਦ ਬਾਕਰ ਕਲਿਬੋਫ ਨਾਲ ਟੈਲੀਫੋਨ 'ਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਇਸرائیਲ ਨੂੰ ਫੌਰੀ ਤੌਰ ਤੇ ਜ਼ੁਲਮ ਤਸ਼ੱਦਦ ਬੰਦ ਕਰਨ ਲਈ ਕਿਹਾ। ਅਸਦ ਕੈਸਰ ਨੇ ਕਿਹਾ ਕਿ ਉਹ ਉਹਨਾਂ OIC ਦੇ ਰੁਕਨ ਮੁਲਕਾਂ ਨੂੰ ਖਾਤਵੀ ਲਿਖੇ ਨੇ ਜਿੱਦੇ ਵਿੱਚ ਇਸرائیਲ ਦੇ ਜ਼ੁਲਮ ਤੇ ਤਸ਼ੱਦਦ ਦਾ ਜ਼ਿਕਰ ਕੀਤਾ ਹੈ। ਈਰਾਨ ਦੇ ਸਪੀਕਰ ਨੇ ਅਸਦ ਕੈਸਰ ਵੱਲੋਂ ਉਮਤ ਦੇ ਇਤਿਹਾਦ ਬਾਰੇ ਦਿੱਤੀ ਤਜਵੀਜ਼ ਦੀ ਹਮਾਇਤ ਕੀਤੀ ਅਕਵਾਮ ਮੁਤਹਿਦਾ ਦੀ ਜਨਰਲ ਅਸੈਂਬਲੀ ਦਾ ਕੱਲ ਹੰਗਾਮੀ اجلاس ਹੋਵੇਗਾ ਇਹ اجلاس OIC ਦੀ ਦਰਖਾਸਤ ਉੱਤੇ ਬੁਲਾਇਆ ਗਿਆ ਹੈ ਇਹ اجلاس ਵਿੱਚ ਫਲਸਤੀਨ ਦੀ ਵਿਗੜਦੀ ਸੂਰਤ ਹਾਲ ਉੱਤੇ ਗੌਰ ਕੀਤਾ ਜਾਏਗਾ ਵਜ਼ੀਰ ਖਾਰਜਾ ਸ਼ਾਹ ਮਹਿਮੂਦ ਕੁਰੈਸ਼ੀ اجلاس ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ ਵਜ਼ੀਰ ਆਜ਼ਮ ਦੀ ਖੂਸੂਸੀ ਹਿਦਾਇਤ ਉੱਤੇ ਐਸਵੇ ਲਈ ਵਿਦੇਸ਼ੀ ਖਾਰਜਾ ਸਫਾਰਤੀ ਮਿਸ਼ਨ ਹੁੰਦੇ ਨੇ ਪੈरिस ਵਿੱਚ ਫਰਾਂਸ ਮਿਸਰ ਤੇ ਉਰਦਨ ਦੇ ਸਰਬਰਾਹਮਾਂ ਦਾ ਇੱਕ اجلاس ਹੋਇਆ ਜਿਦੇ ਵਿੱਚ ਫਲਸਤੀਨ ਉੱਤੇ ਇਸرائیਲੀ ਹਮਲੇ ਤੇ ਪੈਦਾ ਸੁਰਤ ਹਾਲ ਦਾ ਜਾਇਜ਼ਾ ਲਿਆ ਗਿਆ اجلاس ਤੋਂ ਬਾਅਦ ਫਰਾਂਸ ਦੇ ਸਦਰ ਨੇ ਮੀਡੀਆ ਨੂੰ ਦੱਸਿਆ ਕਿ ਤਿੰਨਾਂ ਮੁਲਕਾਂ ਨੇ ਕਸ਼ਿਦਗੀ ਫੌਰੀ ਘਟਾਣ ਲਈ ਕਿਹਾ ਹੈ ਜਦ ਕਿ ਮਿਸਰ ਦੇ ਸਦਰ ਦਾ ਕਹਿਣਾ ਸੀ ਕਿ اجلاس ਵਿੱਚ ਫਲਸਤੀਨ ਵਿੱਚ ਕਸ਼ਿਦਗੀ ਦੇ ਖਾਤਮੇ ਆਸਤੇ ਕੋਸ਼ਿਸ਼ਾਂ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ ਨਿਜਕਾਰੀ ਦੇ ਵਜ਼ੀਰ ਮੁਹੰਮਦ ਮੀਆਂ ਸੋਮਰੂ ਨੇ ਕਿਹਾ ਕਿ ਹਕੂਮਤ ਨਿਜਕਾਰੀ ਦੇ ਪ੍ਰੋਗਰਾਮ ਵਿੱਚ ਬੈਨ ਲਖਵਾਮੀ سرمایہਕਾਰਾਂ ਨੂੰ ਸਹੂਲਤਾਂ ਦੇ ਵਿਖੇ ਉਹ ਸਾਬਕ ਵਜ਼ੀਰ ਮਮਲੁਕਤ ਤੇ ਨਿਜਕਾਰੀ ਬੋਰਡ ਦੇ ਚੇਅਰਮੈਨ ਉਮਰ ਅਹਿਮਦ ਕੋਲ ਮੰਤੇ ਅਲ ਕਲਦਨ ਨਾਲ ਤੇ ਫੇ ਗਰੁੱਪ ਦੇ ਸੀਨੀਅਰ ਸ਼੍ਰਾਕਤਦਾਰਾਂ ਨਾਲ ਗੱਲਾਂ ਕਰ ਰਹੇ ਸਨ ਜਿਨ੍ਹਾਂ اسلامਾਬਾਦ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਮੀਆਂ ਮੁਹੰਮਦ ਸੋਮਰੂ ਨੇ ਕਿਹਾ ਕਿ ਬੈਨ ਲਖਵਾਮੀ سرمایہਕਾਰਾਂ ਦੀ ਸ਼੍ਰਾਕਤਦਾਰੀ ਨਾਲ ਨਿਜਕਾਰੀ ਦਾ ਅਮਲ ਹੋਰ ਸ਼ਫਾਫ ਹੋਵੇਗਾ ਤੇ ਮੁਕਾਬਲੇ ਦਾ ਰੁਝਾਨ ਵਧੇਗਾ ਉਮਰ ਰਹਿਮਤ ਖੁਮਨ ਨੇ ਬੈਨੂ ਲਖਵਮੀ ਕਾਰੋਬਾਰੀ ਲੋਕਾਂ ਦਾ ਪਾਕਿਸਤਾਨ ਉਤੇ ਇਤਮਾਦ ਬਹਾਲ ਕਰਨ ਦੀਆਂ ਹਕੂਮਤੀ ਕੋਸ਼ਿਸ਼ਾਂ ਨੂੰ ਸਲਾਹਿਆ ਤੇ ਵੱਡੇ ਅਮਰੀਕੀ ਸਰਮਾਇਆਕਾਰਾਂ ਵੱਲੋਂ ਨਿਜਕਾਰੀ ਪ੍ਰੋਗਰਾਮ ਬਾਰੇ ਮੁxtਲਿਫ ਤਜਵੀਜ਼ਾਂ ਪੇਸ਼ ਕੀਤੀਆਂ ਖਜ਼ਾਨੇ ਦੇ ਵਜ਼ੀਰ ਸ਼ੌਕਤ ਤਰੀਨ ਨੇ ਸੂਤ ਤੋਂ ਬਗੈਰ ਕਰਜ਼ੇ ਦੇ ਕੇ ਕਿਸਾਨਾਂ ਨੂੰ ਮੌਆਸੀ ਤੌਰ ਤੇ ਹੋਰ ਮਜ਼ਬੂਤ ਬਣਾਉਣ ਉਤੇ ਜ਼ੋਰ ਦਿੱਤਾ ਹੈ ਉਹ ਇਸਲਾਮਾਬਾਦ ਦੇ ਗਜ਼ਾਈ ਤਾਹਫੁਜ਼ ਬਾਰੇ ਖੂਸੀ ਮੁਆਵਨ ਜਮਸ਼ੇਦ ਇਕਬਾਲ ਟੀਮ ਨਾਲ ਗੱਲਾਂ ਕਰ ਰਿਹਾ ਹੈ ਉਨ੍ਹਾਂ ਖੇਤਾਂ ਉਤੇ ਛੇਵਾਂ ਦੀਆਂ ਕੀਮਤਾਂ ਕਿਸਾਨਾਂ ਵੱਲੋਂ ਛੇਤੀ ਖਰਾਬ ਹੋਣ ਵਾਲੀਆਂ ਛੇਵਾਂ ਜਿਨ੍ਹਾਂ ਵਿੱਚ ਫਲ ਤੇ ਸਬਜ਼ੀਆਂ ਸ਼ਾਮਲ ਨੇ ਵੇਚਣ ਲਈ ਕਰੀਬੀ ਮੰਡੀਆਂ ਤੱਕ ਲਿਆਉਣ ਦੇ ਮਾਮਲਿਆਂ ਦਾ ਜਾਇਜ਼ਾ ਲਿਆ। ਖਜ਼ਾਨੇ ਦੇ ਵਜ਼ੀਰ ਨੇ ਕਿਹਾ ਕਿ ਜ਼ਰਾਤ ਦੇ ਸ਼ੋਭੇ ਵਿੱਚ ਮਹਾਸ਼ੀ ਟਹਿਰਾਅ ਲਿਆਉਣਾ ਇੱਕ ਵੱਡਾ ਚੈਲੰਜ ਹੈ। ਉਨ੍ਹਾਂ ਕਿਸਾਨਾਂ ਨੂੰ ਕਰਜ਼ੇ ਦੇਣ ਦੇ ਤਰੀਕਾਕਾਰ ਉੱਤੇ ਵੀ ਗੌਰ ਕੀਤਾ ਤਾਂ ਜੇ ਉਹ ਖਾਦ ਕੀੜੇ ਮਾਰ ਦਵਾਈਆਂ ਤੇ ਦੂਜਾ ਜ਼ਰੀਏ ਸਮਾਨ ਖਰੀਦਣ ਆਸਤੇ ਰਕਮਾਂ ਬੈਂਕਾਂ ਤੇ ਦੂਜੇ مالی ادارےਾਂ ਤੋਂ ਆਸਾਨੀ ਨਾਲ ਲੈ ਸਕਣ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਇਤਲਾਮਤ ਨੇ ਸ਼੍ਰੀਆ ਦੇ وزیر ਚੌਧਰੀ ਫਵਾਦ ਹੁਸੈਨ ਨੇ ਕਿਹਾ ਹੈ ਕਿ ਪੀਟੀਆਈ ਦੀ ਹਕੂਮਤ ਨੇ ਰੇਡੀਓ ਪਾਕਿਸਤਾਨ ਨੂੰ ਜਦੀਦ ਬਣਾਉਣ ਦਾ ਤਹਿਯਾ ਕੀਤਾ ਹੋਇਆ ਹੈ। ਉਹਨਾਂ ਇਹ ਗੱਲ ਰੇਡੀਓ ਪਾਕਿਸਤਾਨ ਦੇ ਪੋਡਕਾਸਟ ਦੇ ਨਵੇਂ ਮਨਸੂਬੇ ਬਾਰੇ ਬਰੀਫਿੰਗ ਦੇ ਮੌਕੇ ਤੇ ਕਹੀ ਕਿ ਰੇਡੀਓ ਪਾਕਿਸਤਾਨ ਦੀ ਡਾਇਰੈਕਟਰ ਜਨਰਲ ਅੰਬਰੀਨ ਜਾਨ ਨੇ ਵਿਫਾਕੀ ਵਜ਼ੀਰ ਤੇ ਵਜ਼ੀਰ ਨੇ ਮਾਮਲੁਕਤ ਨੂੰ ਰੇਡੀਓ ਪਾਕਿਸਤਾਨ ਦੇ ਨਵੇਂ ਪ੍ਰੋਗਰਾਮ ਪੋਡਕਾਸਟ ਬਾਰੇ ਦੱਸਿਆ ਚੌਧਰੀ ਫਰਵਾਨ ਹੁਸੈਨ ਨੇ ਪ੍ਰੋਗਰਾਮ ਪੋਡਕਾਸਟ ਉਤੇ ਤਸੱਲੀ ਜ਼ਾਹਰ ਕੀਤੀ ਤੇ ਕਿਹਾ ਕਿ ਇਹਦੇ ਨਾਲ ਰੇਡੀਓ ਪਾਕਿਸਤਾਨ ਦੀ ਜਿੱਦਤ ਆਏਗੀ ਤੇ ਰੇਡੀਓ ਦੀ ਆਵਾਜ਼ ਮੁਹਾਸ਼ਰੇ ਦੇ ਸਾਰੇ ਲੋਕਾਂ ਤੱਕ ਪਹੁੰਚੇਗੀ ਪੰਜਾਬ ਵਿੱਚ ਸਨਤ ਇਤਜਾਰਤ ਦੇ ਵਜ਼ੀਰ ਮੀਆਂ ਅਸलम ਇਕਬਾਲ ਨੇ ਕਿਹਾ ਕਿ ਹਕੂਮਤ ਸੂਬੇ ਦੇ ਨੌਜਵਾਨਾਂ ਨੂੰ ਬਾਈਕ ਤਿਆਰ ਬਣਾਉਣ ਵਾਸਤੇ ਸਾਰੇ ਜ਼ਰੂਰੀ ਕੰਮ ਕਰ ਰਹੀਏ ਉਨਾ ਇਹ ਗੱਲ ਪੰਜਾਬ ਯੂਨੀਵਰਸਿਟੀ ਆਫ ਟੈਕਨੋਲੋਜੀ ਰਸੂਲ ਮੰਡੀ ਬਹਾਉਦੀਨ ਦੇ ਵਾਇਸ ਟ੍ਰਾਂਸਲਰ ਰੌਫ ਆਜ਼ਮ ਨਾਲ ਕੀਤੀਏ ਜਿਨ੍ਹਾਂ ਲੌਰੇਜ ਉਹਨਾਂ ਨਾਲ ਮੁਲਾਕਾਤ ਕੀਤੀ ਸੁਬਾਈ ਵਜ਼ੀਰ ਨੇ ਹੁਨਰਮੰਦ ਅਫਰਾਦੀ ਕੁਵਵ ਤਿਆਰ ਕਰਨ ਉਤੇ ਜ਼ੋਰ ਦਿੱਤਾ ਤਾਂ ਜੇ ਸਨਤਾਨੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬਜ਼ਾਰ ਨੇ ਕਿਹਾ ਹੈ ਕਿ ਸੁਬਾਈ ਹਕੂਮਤ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਸੋਚ ਦੇ ਮੁਤਾਬਕ ਬਦਦੁਨਮਾਨੀ ਦੇ ਖਿਲਾਫ ਅਦਮ ਬਰਤਾਸ਼ ਦੀ ਪਾਲਿਸੀ ਉਤੇ ਅਮਲ ਕਰ ਰਹੀਏ ਲਾਹੌਰ ਵਿੱਚ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਕੰਮ ਕਾਰ ਨੂੰ ਸ਼ਫਾਫ ਰੱਖਣਾ ਪੀਟੀਆਈ ਦੀ ਹਕੂਮਤ ਦਾ ਅਜ਼ਮ ਹੈ ਇਸ ਲਈ ਬਦ ਉਨਵਾਨ ਅਫਸਰਾਂ ਨੂੰ ਕਿਸੇ ਸੂਰਤ ਬਤਾਸ਼ ਨਹੀਂ ਕੀਤਾ ਜਾਏਗਾ ਸਾਇੰਸ ਤੇ ਟੈਕਨੋਲੋਜੀ ਦੇ ਵਜ਼ੀਰ ਸ਼ਿਬਲੀ ਫਰਾਜ਼ ਨੇ ਕਿਹਾ ਹੈ ਕਿ ਕਰੋਨਾ ਦੇ ਹਰ ਸ਼ੋਭੇ ਖਾਸ ਕਰ ਸਿਹਤ ਉਤੇ ਤਬਾਹ ਕੁਨ ਅਸਰਾਂ ਤੋਂ ਨਿਕਲਣ ਤੇ ਬਹਾਲੀ ਆਸਤੇ ਸਾਇੰਸ ਤੇ ਟੈਕਨੋਲੋਜੀ ਦਾ ਕਿਰਦਾਰ ਮੋਸਰ ਕਾਰਵਾਈਆਂ ਕਰਨਾ ਬੜਾ ਅਹਿਮੀਅਤ ਰੱਖਦਾ ਹੈ ਉਹ ਅਕਵਾਮੇ ਮੁਤਹਿਦਾ ਦੇ ਤਰੱਕੀ ਆਸਤੇ ਸਾਇੰਸ ਤੇ ਟੈਕਨੋਲੋਜੀ ਦੇ ਕਮਿਸ਼ਨ ਦੇ 24ਵੇਂ ਸਾਲਾਨਾ ਸੈਸ਼ਨ ਨੂੰ ਖਤਾਬ ਕਰ ਰਹੇ ਸਨ ਸ਼ਿਬਲੀ ਫਰਾਜ਼ ਦਾ ਕਹਿਣਾ ਸੀ ਕਿ ਹਕੂਮਤ ਨੇ ਬੈਨੌਲ ਕਵਾਮੀ ਸ਼੍ਰਾਕਤਦਾਰੀ ਨਾਲ ਸਿਹਤ ਦੇ ਦੂਜੇ ਸ਼ੋਭਿਆਂ 'ਚ ਬਿਹਤਰੀ ਲਿਆਉਂਦਾ ਤਹਈਆ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਪਾਇਦਾਰ ਤਰੱਕੀ ਦੇ ਮਕਸਦਾਂ ਨੂੰ ਹਾਸਲ ਕਰਨ ਵਾਸਤੇ ਤਰੱਕੀ ਬਾਰੇ ਮੌਸਰ ਹਕਮਤੀ ਅਮਲੀ ਤੇ ਪਾਲਿਸੀਆਂ ਉਤੇ ਅਮਲ ਕਰ ਰਿਹਾ ਹੈ। ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤਫਸਰੀਆਂ ਲਈ ਸਾਡੀ ਵੈਬਸਾਈਟ radio.gov.pk ਤੇ ਇਸ ਵੇਲੇ ਦਾ ਬੁਲੇਟਿਨ ਰੇਡੀਓ ਪਾਕਿਸਤਾਨ ਦੇ ਫੇਸਬੁੱਕ ਪੇਜ radio pakistan punjabi ਉਤੇ ਬਰਾਹਰ ਆਸ ਵੇਖਿਆ ਤੇ ਸੁਨਿਆ ਜਾ ਸਕਦਾ ਹੈ